ਯੇਸੂ ਇਹ ਗੱਲਾਂ ਕਹਿ ਕੇ ਆਪਣੇ ਚੇਲਿਆਂ ਸਮੇਤ ਕਿਦਰੋਨ ਦੇ ਨਾਲੇ ਦੇ ਪਾਰ ਚਲਿਆ ਗਿਆ। ਉੱਥੇ ਇੱਕ ਬਾਗ ਸੀ ਜਿਹਦੇ ਵਿੱਚ ਉਹ ਅਤੇ ਉਹਦੇ ਚੇਲੇ ਜਾ ਵੜੇ। ਅਰ ਯਹੂਦਾ ਵੀ ਜਿਹੜਾ ਉਹਦੇ ਫੜਵਾਉਣ ਵਾਲਾ ਸੀ ਉਸ ਥਾਂ ਨੂੰ ਜਾਣਦਾ ਸੀ ਕਿਉਂ ਜੋ ਯੇਸੂ ਆਪਣੇ ਚੇਲਿਆਂ ਨਾਲ ਉੱਥੇ ਬਹੁਤ ਵਾਰੀ ਜਾਂਦਾ ਹੁੰਦਾ ਸੀ। ਉਪਰੰਤ ਯਹੂਦਾ ਸਿਪਾਹੀਆਂ ਦਾ ਇੱਕ ਜਥਾ ਅਤੇ ਪ੍ਰਧਾਨ ਜਾਜਕਾਂ ਅਤੇ ਫਰੀਸੀਆਂ ਦੇ ਵੱਲੋਂ ਪਿਆਦੇ ਲੈ ਕੇ ਦੀਵਿਆਂ ਅਰ ਮਸਾਲਾਂ ਅਰ ਸ਼ਸਤਰਾਂ ਨਾਲ ਉੱਥੇ ਆਇਆ। ਤਾਂ ਯੇਸੂ ਸਭ ਕੁਛ ਜੋ ਉਹਦੇ ਉੱਤੇ ਬੀਤਣਾ ਸੀ ਜਾਣ ਕੇ ਬਾਹਰ ਨਿਕਲਿਆ ਅਤੇ ਉਹਨਾਂ ਨੂੰ ਆਖਿਆ, ਤੁਸੀਂ ਕਿਸ ਨੂੰ ਪਾਲਦੇ ਹੋ? ਯੇਸੂ ਨਾਸਰੀ ਨੂੰ ਅਤੇ ਉਹਦਾ ਫਰਾਉਣ ਵਾਲਾ ਯਹੂਦਾ ਵੀ ਉਹਨਾਂ ਦੇ ਨਾਲ ਖੜਾ ਸੀ ਤੇ ਯੇਸੂ ਨੇ ਕਿਹਾ, ਉਹ ਮੈਂ ਹੀ ਹਾਂ। ਉਹ ਪਛਾਹਾਂ ਨੂੰ ਹਟ ਗਏ ਅਤੇ ਪੁੰਜੇ ਡਿੱਗ ਪਏ। ਯੇਸੂ ਨੇ ਉਹਨਾਂ ਨੂੰ ਫੇਰ ਪੁੱਛਿਆ, ਤੁਸੀਂ ਕਿਸ ਨੂੰ ਪਾਲਦੇ ਹੋ? ਯੇਸੂ ਨਾਸਰੀ ਨੂੰ। ਮੈਂ ਤਾਂ ਤੁਹਾਨੂੰ ਦੱਸ ਦਿੱਤਾ ਜੋ ਮੈਂ ਹੀ ਹਾਂ, ਸੋ ਜੇ ਤੁਸੀਂ ਮੈਨੂੰ ਪਾਲਦੇ ਹੋ ਤਾਂ ਇਹਨਾਂ ਨੂੰ ਜਾਣ ਦਿਓ। ਇਹ ਇਸ ਕਰਕੇ ਹੋਇਆ ਭਈ ਉਹ ਬਚਨ ਜੋ ਉਸਨੇ ਕਿਹਾ ਸੀ ਪੂਰਾ ਹੋਵੇ, ਜਿਹੜੇ ਤੈਂ ਮੈਨੂੰ ਦਿੱਤੇ ਹਨ ਉਹਨਾਂ ਵਿੱਚੋਂ ਮੈਂ ਇੱਕ ਵੀ ਨਹੀਂ ਗੁਆਇਆ। ਤਾਂ ਸ਼ਮਾਉਨ ਪਤਰਸ ਨੇ ਤਲਵਾਰ ਜੋ ਉਹਦੇ ਕੋਲ ਸੀ ਧੁਹੀ ਅਤੇ ਸਰਦਾਰ ਜਾਜਕ ਦੇ ਚਾਕਰ ਉੱਤੇ ਚਲਾਈ ਅਰ ਉਹਦਾ ਸੱਜਾ ਕੰਨ ਉੜਾ ਦਿੱਤਾ। ਉਸ ਚਾਕਰ ਦਾ ਨਾਮ ਮਲਖੁਸ ਸੀ। ਤਲਵਾਰ ਬਿਆਨ ਕਰ, ਜਿਹੜਾ ਪਿਆਲਾ ਪਿਤਾ ਨੇ ਮੈਨੂੰ ਦਿੱਤਾ ਕੀ ਮੈਂ ਉਹ ਨਾ ਪੀਆਂ? ਉਪਰੰਤ ਯਹੂਦੀ ਸਿਪਾਹੀਆਂ ਨੇ ਅਤੇ ਫੌਜ ਦੇ ਸਰਦਾਰ ਅਤੇ ਯਹੂਦੀਆਂ ਦੇ ਪਿਆਦਿਆਂ ਨੇ ਯੇਸੂ ਨੂੰ ਫੜ ਕੇ ਬੰਨ ਲਿਆ। ਅਤੇ ਪਹਿਲਾਂ ਉਹਨੂੰ ਅਨਾਸ ਕੋਲ ਲੈ ਗਏ ਕਿਉਂ ਜੋ ਇਹ ਕਿਆਫਾ ਦਾ ਸਹੁਰਾ ਸੀ ਜਿਹੜਾ ਉਸ ਸਾਲ ਸਰਦਾਰ ਜਾਜਕ ਸੀ। ਅਤੇ ਕਿਆਫਾ ਉਹ ਹੈ ਜਿਸਨੇ ਯਹੂਦੀਆਂ ਨੂੰ ਸਲਾਹ ਦਿੱਤੀ ਸੀ ਭਈ ਲੋਕਾਂ ਦੇ ਬਦਲੇ ਇੱਕ ਮਨੁੱਖ ਦਾ ਮਰਨਾ ਚੰਗਾ ਹੈ। ਸ਼ਮਾਉਨ ਪਤਰਸ ਯੀਸ਼ੂ ਦੇ ਮਗਰ ਹੋ ਤੁਰਿਆ, ਨਾਲੇ ਇੱਕ ਹੋਰ ਚੇਲਾ ਵੀ। ਉਹ ਚੇਲਾ ਸਰਦਾਰ ਜਾਜਕ ਦਾ ਜਾਣੂ ਪਛਾਣੂ ਸੀ ਅਤੇ ਯੀਸ਼ੂ ਦੇ ਨਾਲ ਸਰਦਾਰ ਜਾਜਕ ਦੇ ਵਿਹੜੇ ਵਿੱਚ ਗਿਆ। ਫਿਰ ਉਹ ਦੂਜਾ ਚੇਲਾ ਜਿਹੜਾ ਸਰਦਾਰ ਜਾਜਕ ਦਾ ਜਾਣੂ ਪਛਾਣੂ ਸੀ ਬਾਹਰ ਨਿਕਲਿਆ ਅਤੇ ਦਰਬਾਨਣ ਨੂੰ ਕਹਿ ਕੇ ਪਤਰਸ ਨੂੰ ਅੰਦਰ ਲਿਆਇਆ। ਕਿ ਤੂੰ ਵੀ ਇਸ ਮਨੁੱਖ ਦੇ ਚੇਲਿਆਂ ਵਿੱਚੋਂ ਇੱਕ ਹੈ? ਨਾ। ਅਤੇ ਚਾਕਰ ਅਰ ਸਿਪਾਹੀ ਕੋਲਿਆਂ ਦੀ ਅੱਗ ਬਾਲ ਕੇ ਖੜੇ ਸੇਕ ਰਹੇ ਸਨ ਕਿਉਂ ਜੋ ਪਾਲਾ ਪੈਂਦਾ ਸੀ ਅਤੇ ਪਤਰਸ ਵੀ ਉਹਨਾਂ ਦੇ ਨਾਲ ਖੜਾ ਅੱਗ ਸੇਕ ਰਿਹਾ ਸੀ। ਉਪਰੰਤ ਸਰਦਾਰ ਜਾਜਕ ਨੇ ਯੇਸੂ ਤੋਂ ਉਹਦੇ ਚੇਲਿਆਂ ਅਤੇ ਉਹਦੀ ਸਿੱਖਿਆ ਦੇ ਵਿਖੇ ਪੁੱਛਿਆ। ਯੇਸੂ ਨੇ ਉਹਨਾਂ ਨੂੰ ਉੱਤਰ ਦਿੱਤਾ, ਮੈਂ ਜਗਤ ਨਾਲ ਖੋਲ੍ਹ ਕੇ ਗੱਲਾਂ ਕੀਤੀਆਂ ਹਨ। ਮੈਂ ਸਮਾਜ ਅਤੇ ਹੈਕਲ ਵਿੱਚ ਜਿੱਥੇ ਸਭ ਯਹੂਦੀ ਇਕੱਠੇ ਹੁੰਦੇ ਹਨ ਸਾਡਾ ਉਪਦੇਸ਼ ਕੀਤਾ ਹੈ ਅਤੇ ਮੈਂ ਓਹਲੇ ਵਿੱਚ ਕੁਝ ਨਹੀਂ ਕਿਹਾ। ਤੂੰ ਮੈਥੋਂ ਕਿਉਂ ਪੁੱਛਦਾ ਹੈ? ਜਿਨ੍ਹਾਂ ਸੁਣਿਆ ਹੈ ਉਹਨਾਂ ਕੋਲੋਂ ਪੁੱਛ ਲੈ ਜੋ ਮੈਂ ਉਹਨਾਂ ਨੂੰ ਕੀ ਆਖਿਆ। ਵੇਖ, ਮੈਂ ਜੋ ਕੁਛ ਆਖਿਆ ਸੋ ਜਾਣਦੇ ਹਨ। ਤੂੰ ਸਰਦਾਰ ਜਾਜਕ ਨੂੰ ਐਂ ਉੱਤਰ ਦਿੰਦਾ? ਜੇ ਮੈਂ ਬੁਰਾ ਕਿਹਾ ਤਾਂ ਤੂੰ ਬੁਰੇ ਦੀ ਗਵਾਹੀ ਦੇ, ਪਰ ਜੇ ਮੈਂ ਚੰਗਾ ਕਿਹਾ ਤਾਂ ਮੈਨੂੰ ਕਿਉਂ ਮਾਰਦਾ ਹੈ? ਤਾਂ ਅਨਾਸ ਨੇ ਉਹਨੂੰ ਵੱਧਾ ਹੋਇਆ ਕਯਾਫਾ ਸਰਦਾਰ ਜਾਜਕ ਦੇ ਕੋਲ ਘੱਲਿਆ
ਅਤੇ ਸ਼ਮਾਉਨ ਪਤਰਸ ਖੜਾ ਅੱਗ ਸੇਕਦਾ ਸੀ। ਸੋ ਉਹਨਾਂ ਉਸ ਨੂੰ ਪੁੱਛਿਆ ਕਿ ਤੂੰ ਵੀ ਉਹਦੇ ਚੇਲਿਆਂ ਵਿੱਚੋਂ ਹੈ। ਨਹੀਂ, ਮੈਂ ਨਹੀਂ ਹਾਂ। ਉਹ ਮੁੱਕਰ ਗਿਆ ਅਤੇ ਬੋਲਿਆ, ਮੈਂ ਨਹੀਂ ਹਾਂ। ਸਰਦਾਰ ਜਾਜਕ ਦੇ ਚਾਕਰਾਂ ਵਿੱਚੋਂ ਇੱਕ ਨੇ, ਜਿਹੜਾ ਉਸ ਮਨੁੱਖ ਦਾ ਸਾਕ ਸੀ ਜਿਸਦਾ ਕੰਨ ਪਤਰਸ ਨੇ ਉੜਾ ਦਿੱਤਾ ਸੀ, ਆਖਿਆ, ਮੈਂ ਤੈਨੂੰ ਉਹਦੇ ਨਾਲ ਬਾਗ ਵਿੱਚ ਨਹੀਂ ਵੇਖਿਆ। ਨਾ, ਅਤੇ ਝੱਟ ਕੁੱਕੜ ਨੇ ਬਾਂਗ ਦਿੱਤੀ।